देखो ये दिक्कत दो चार दिन झल लाँगे, दो साल भी झल लाँगे, तो पर सदा लई बहुत ही सुखाली जिंदगी बतीत करांगे असी आने वाले जिहड़ियां साडियां पनीरियां नस्लां। पहली बारी ये संघर्ष इदां दा होया भी मेरे तो किसी च मोढ़ा वजदा तो अग्गों अगला सॉरी कहिंदा, तो इन्नी निम्रता मैं अज तक नहीं देखी। इत्थे हिंदू वीर, मुसलमान वीर, सिख वीर, होर सारे धर्मां दे वीर, कोई कौम नहीं माड़ी, कोई धर्म नहीं माड़ा, कुछ नहीं माड़ा, कौमां ते धर्मां दे लोक माड़े ने। भारत चाहे दिल्ली आए चाहे भारत का कोई भी हिस्सा, किसी भी नागरिक ना साडा कोई रौला नहीं, जे रौला तां केंद्र सरकार ना रौला। ਨੂੰ ਲੋਕ ਡਰਾਉਣ ਲੱਗਦੇ ਨੇ ਵੀ ਹਾਲਾਤ ਮਾੜੇ ਹੋ ਜਾਣਗੇ ਤੂੰ ਕਿਵੇਂ ਭੱਜੇਗਾ, ਤੇ ਚੰਗੇ ਭਲਿਆਂ ਤੋਂ ਨਹੀਂ ਭੱਜਿਆ ਜਾਣਾ। ਮੈਂ ਕਹਿੰਦਾ ਭੱਜਣਾ ਹੈਗਾ ਤਾਂ ਜੇ ਭੱਜਣਾ ਹੁੰਦਾ ਫਿਰ ਘਰ ਹੀ ਰਹਿੰਦਾ, ਮੈਂ ਤਾਂ ਮਰਨਾ ਆ। ਗਾਉਣਾ ਵੀ ਇੱਕ ਗੁਣ ਹੈ, ਲਿਖਣਾ ਉਸ ਤੋਂ ਵੀ ਵੱਡਾ ਜਿਹੜਾ ਗੁਣ ਹੈ ਔਰ ਬਹੁਤ ਵੱਡੀ ਕਲਾ ਹੈ। ਸ਼ਬਦਾਂ ਦੇ ਵਿੱਚ ਪਰੋ ਕੇ ਉਹ ਜਾਲ ਕਿੱਦਾਂ ਕੋਈ ਕਲਾਕਾਰ ਇੱਕ ਇਤਿਹਾਸ ਖੜਾ ਕਰ ਦਿੰਦਾ ਹੈ। ਸੋ ਕਿਸਾਨੀ ਸੰਘਰਸ਼ 2020 ਦੇ ਵਿੱਚ ਜਿੱਥੇ ਬਾਕੀ ਨੇ ਆਪਣਾ ਯੋਗਦਾਨ ਪਾਇਆ, ਉੱਥੇ ਬਿੱਲਾ ਭਾਅ ਜੀ ਦਾ ਵੀ ਯੋਗਦਾਨ ਹੈ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਵੱਲੋਂ ਜੋ ਆਪਣੇ ਚੈਨਲ ਨੂੰ, ਅਕਾਲ ਚੈਨਲ ਨੂੰ ਦੇਖ ਰਹੇ ਸਰੋਤੇ, ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਤੇ ਸਤਿ ਸ਼੍ਰੀ ਅਕਾਲ ਆਖਦਾ ਹਾਂ। ਅਤੇ ਜਿੰਨੇ ਵੀ ਅੱਜ ਇੱਥੇ ਸਰੋਤੇ ਦੋ ਆਪਣੇ ਸੰਘਰਸ਼ 'ਤੇ ਆਏ ਨੇ, ਸਾਰਿਆਂ ਦਾ ਧੰਨਵਾਦ ਕਰਦਾ। ਸੰਘਰਸ਼ ਦੀ ਗੱਲ ਕਰਦੇ ਹਾਂ, ਕਿਸਾਨੀ ਸੰਘਰਸ਼ ਦੇ ਵਿੱਚ ਹਰ ਕੋਈ ਪਹੁੰਚ ਪੁੱਜ ਕੇ ਆ ਰਿਹਾ, ਤੁਸੀਂ ਵੀ ਇੱਥੇ ਪੁੱਜਦੇ ਹੋ, ਤੁਹਾਨੂੰ ਵੀ ਅਸੀਂ ਰੋਜ਼ ਦੇਖਦੇ ਹਾਂ, ਤੁਸੀਂ ਆਪਣਾ ਜਿਹੜਾ ਸਕੂਟੀ 'ਤੇ ਆਉਂਦੇ ਹੋ, ਹੈ ਨਾ, ਬਾਰ ਬਾਰ ਉਹ ਚੀਜ਼ ਨੂੰ ਕਹਿਣਾ ਚੰਗਾ ਨਹੀਂ ਲੱਗਦਾ, ਕਿਉਂਕਿ ਪਰਮਾਤਮਾ ਨੇ ਹਰ ਕਿਸੇ ਨੂੰ ਇੱਕ ਸਰੂਪ ਦਿੱਤਾ ਹੈ, ਰੂਪ ਦਿੱਤਾ ਹੈ, ਸੋਝੀ ਦਿੱਤੀ ਹੈ। ਹਰ ਇਨਸਾਨ ਜਿਹੜਾ ਆਪਣੇ ਆਪ ਦੇ ਵਿੱਚ ਪੂਰਨ ਹੈ, ਕੁਛ ਨਾ ਕੁਛ ਹਰ ਕਿਸੇ ਦੇ ਵਿੱਚ ਕਮੀਆਂ ਹੁੰਦੀਆਂ, ਹੈ ਨਾ। ਪਰ ਤੁਹਾਡੀ ਜਿਹੜੀ ਕਲਮ ਹੈ ਉਹਨੇ ਬਹੁਤ ਕੁਛ ਲਿਖਿਆ, ਇਤਿਹਾਸ ਦੇ ਵਿੱਚ ਆਪਣਾ ਤੁਸੀਂ ਨਾਮ ਕੱਟਿਆ। ਕਿਸਾਨੀ ਸੰਘਰਸ਼ ਦੀ ਜੇ ਗੱਲ ਕਰਦੇ ਆਪਾਂ, ਤੁਹਾਡੀ ਜਿਹੜੀ ਲਿਖਤੀ ਰੂਪ ਹੈ ਉਹਦੇ ਵੱਲ ਵੀ ਜਾਵਾਂਗੇ, ਪਰ ਆਪਾਂ ਜਿਹੜਾ ਸੰਘਰਸ਼, ਕਿਉਂਕਿ ਆਪਾਂ ਸੰਘਰਸ਼ ਦੇ ਵਿੱਚ ਆਏ ਹਾਂ, ਸੰਘਰਸ਼ ਦੀ ਗੱਲ ਕਰਦੇ ਹਾਂ, ਤੁਸੀਂ ਵੀ ਰੋਜ਼ ਇੱਥੇ ਪਹੁੰਚਦੇ ਹੋ, ਕੀ ਕਹਿਣਾ ਚਾਹੁੰਦੇ ਹੋ ਸੰਘਰਸ਼ ਬਾਰੇ? ਪਹਿਲੀ ਤਾਂ ਗੱਲਾਂ ਭੈਣ ਜੀ, ਜਿੱਦਾਂ ਆਪ ਜੀ ਵੱਲੋਂ ਕਿਹਾ ਗਿਆ ਨਾ ਵੀ ਬਹੁਤ ਦਿੱਕਤਾਂ ਤੁਹਾਨੂੰ ਦੇਖਦੇ ਆ, ਅਤੇ ਸਕੂਟੀ ਦੇ ਵਿੱਚ ਘੁੰਮਦੇ ਫਿਰਦਿਆਂ ਨੂੰ ਵੀ ਆਉਂਦੇ ਹੋ ਤੁਸੀਂ, ਦੇਖੋ ਇਹ ਦਿੱਕਤਾਂ ਦੋ ਚਾਰ ਦਿਨ ਝੱਲ ਲਾਂਗੇ, ਦੋ ਸਾਲ ਵੀ ਝੱਲ ਲਾਂਗੇ, ਅਤੇ ਪਰ ਸਦਾ ਲਈ ਬਹੁਤ ਹੀ ਸੁਖਾਲੀ ਜ਼ਿੰਦਗੀ ਬਤੀਤ ਕਰਾਂਗੇ ਅਸੀਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪਨੀਰੀਆਂ ਨਸਲਾਂ, ਜੋ ਸਾਡੀਆਂ ਹੁਣ ਸਾਡੀ ਜ਼ਮੀਰ ਦਾ ਮਸਲਾ ਹੋਇਆ ਪਿਆ, ਅਤੇ ਉਹਨਾਂ ਦੇ ਮੂਹਰੇ ਅਸੀਂ ਕਹਿਣ ਜੋਗਿਆ ਵੀ ਪੁੱਤਰ ਅਸੀਂ ਧੀਏ, ਉਹ ਵੇਲਿਆਂ ਦੇ ਵਿੱਚ ਅਸੀਂ ਬਹੁਤ ਕੁਝ, ਸਾਡਾ ਮੀਡੀਏ ਨੇ ਵੀ ਇੱਕ ਮੀਡੀਆ ਇੱਕ ਪੱਖ ਦਿਖਾ ਰਿਹਾ ਸੀ, ਇੱਕ ਮੀਡੀਆ ਸਾਰੇ ਪੱਖ ਦਿਖਾ ਰਿਹਾ ਸੀ, ਜਿਹੜਾ ਆਪਣਾ ਮੀਡੀਆ, ਵੀ ਅਸੀਂ ਉਦੋਂ ਹੈ ਨਾ ਪੂਰਾ ਸੰਘਰਸ਼ ਲੜਿਆ ਵੀ ਮੈਂ ਪੁੱਤਰ ਅਪਾਹਜ ਦੇ ਹੋਣ ਦੇ ਨਾਤੇ ਜੇਕਰ ਮੈਂ ਉਦੋਂ ਤੱਕ ਜਿਉਂਦਾ ਰਹਿਣਾ ਮਰਨਾ, ਕਿਉਂਕਿ ਸੱਚ ਹੈ, ਅਤੇ ਵੀ ਮੈਂ ਬੱਚਿਆਂ ਨੂੰ ਸਭ ਨੂੰ ਦੱਸਣ ਜੋਗਾ ਹੋ ਜੂੰਗਾ ਵੀ ਅਸੀਂ ਬਹੁਤ। ਦੂਜੀ ਗੱਲ ਜਿਹੜੀ ਸੰਘਰਸ਼ ਦੀ ਗੱਲ ਹੈ, ਸੰਘਰਸ਼ ਕੋਈ ਆਪਾਂ ਇਹਨਾਂ ਤੋਂ ਧੱਕੇ ਨਾਲ ਰਾਜ ਨਹੀਂ ਮੰਗ ਰਹੇ, ਕੋਈ ਇਹਨਾਂ ਤੋਂ ਕੋਈ ਹੋਰ ਚੀਜ਼ਾਂ ਨਹੀਂ ਮੰਗਣ ਆਏ, ਕਿਉਂਕਿ ਮੇਰੇ ਜਿੰਨਾ ਕੁ ਮੈਂ ਪੜ੍ਹਿਆ, ਆਪਾਂ 18 ਵਾਰ ਦਿੱਲੀ ਫਤਿਹ ਕੀਤੀ ਹੈ, 18 ਵਾਰ ਦੇ ਵਿੱਚੋਂ ਜਿੱਤ ਕੇ ਦਿੱਲੀ ਇਹਨਾਂ ਨੂੰ ਛੱਡੀ ਵੀ ਆ, ਵੀ ਅਸੀਂ ਇੱਕ ਅੜ ਭੰਨੀ ਆ, ਜਿੱਤੀ ਆ, ਅਤੇ ਜੇ ਕਿਸੇ ਨੇ ਕਹਿ ਦਿੱਤਾ ਵੀ ਹੁਣ ਅਸੀਂ ਤੁਸੀਂ ਆਪਣਾ ਕਰ ਲਿਆ ਅਤੇ ਸਾਨੂੰ ਦਿੱਲੀ ਵਾਪਸ ਵੀ ਕੀਤੀ ਆ। ਹੁਣ ਜਿਹੜਾ ਇੱਥੇ ਸੰਘਰਸ਼ ਹੈ, ਇਹ ਸੰਘਰਸ਼ ਇਹਨਾਂ ਦਾ ਬਹੁਤ ਹੀ ਸਾਥਮਈ, ਬਹੁਤ ਹੀ ਇੰਨਾ, ਮੈਂ ਕਹਿੰਦਾ ਵੀ ਮੈਂ ਕੱਲ੍ਹ ਬੱਚਿਆਂ 'ਚ ਸੁਣ ਰਿਹਾ ਸੀ, ਕਹਿੰਦੇ ਨੇ ਸਰਦਾਰ ਆਉਂਦੇ ਨੇ ਵੀ ਬਹੁਤ ਭੈੜੇ ਹੁੰਦੇ ਆ, ਕੌਮ ਬਹੁਤ ਅੜਬ ਕੌਮ ਹੁੰਦੀ ਆ, ਕਹਿੰਦੇ ਅਸੀਂ ਕੋਠਿਆਂ ਦੇ ਉੱਤੇ ਰੋੜੇ ਇੱਟਾਂ ਰੱਖ ਲਏ ਸੀ ਵੀ ਮਾਰਾਂਗੇ, ਪਰ ਕਹਿੰਦੇ ਜਦੋਂ ਸਰਦਾਰਾਂ ਨੇ ਸਾਨੂੰ ਬਦਾਮ ਖਵਾਏ, ਹੋਰ ਇੱਥੋਂ ਧਾਰਮਿਕ ਪੁਸਤਕਾਂ, ਦੂਜਾ ਵਧੀਆ ਵਧੀਆ ਚੀਜ਼ਾਂ ਪੜ੍ਹਨ ਨੂੰ ਮਿਲੀਆਂ, ਫਰੀ ਅਖਬਾਰਾਂ ਮਿਲੀਆਂ, ਵੀ ਅਸੀਂ ਕਿਹਾ ਵੀ ਇਸ ਤਰ੍ਹਾਂ ਸਰਦਾਰਾਂ ਨੂੰ, ਮੈਂ ਕਹਿੰਦਾ ਭੈਣ ਜੀ ਮੈਂ ਕੱਲ੍ਹ ਨਹਾਉਣ ਤੋਂ ਔਖਾ ਸੀਗਾ ਸੀ, ਮੈਨੂੰ ਨਹਾਤੇ ਬਿਨਾਂ ਸਬਰ ਨਹੀਂ ਆਉਂਦਾ ਹੈਗਾ, ਮੈਂ ਪਾਠ ਕਰਦਾ ਹੁੰਦਾ, ਬਾਕੀ ਸਭਾ ਦੇ ਦਿਨ ਚੱਲ ਰਹੇ ਨੇ ਇੱਦਾਂ ਮੈਂ ਕਰਦੇ ਹੁੰਦਾ, ਅਤੇ ਹੋਰ ਚਾਹੇ ਮੈਂ ਦਿਨ ਛੱਡ ਦੇਵਾਂ, ਸਭਾ ਦਾ ਮਹੀਨਾ ਮੈਂ ਛੱਡਿਆ ਨਹੀਂ ਕਦੇ ਪਾਠ ਕਰਨ ਨੂੰ। ਅਤੇ ਉਹ ਗੱਲ ਕੀ ਹੋਈ, ਉਹਨਾਂ ਨੇ ਮੈਨੂੰ ਆਪਣੇ ਘਰ ਲੈ ਕੇ ਕਹਿੰਦੇ ਅੰਕਲ ਇੱਥੇ ਨਹਾ ਲਓ ਜੀ ਤੁਸੀਂ, ਅਤੇ ਉਹ ਗੱਲ ਇੱਦਾਂ ਵੀ ਇੰਨਾ ਸਹਿਯੋਗ ਇੱਥੇ ਮਿਲਿਆ ਅਤੇ ਬਹੁਤ ਜ਼ਿਆਦਾ। ਬਾਕੀ ਜਿਹੜੀ ਗੱਲ ਸੰਘਰਸ਼ 'ਤੇ ਹੋਰ ਹੈ, ਪਹਿਲੀ ਵਾਰੀ ਇਹ ਸੰਘਰਸ਼ ਇੱਦਾਂ ਦਾ ਹੋਇਆ ਵੀ ਮੇਰੇ ਤੋਂ ਕਿਸੇ 'ਚ ਮੋਢਾ ਵੱਜਦਾ ਅਤੇ ਅੱਗਿਓਂ ਅਗਲਾ ਸੌਰੀ ਕਹਿੰਦਾ,
ते इन्नी निम्रता मैं अज तक नहीं देखी। बाकी मैं होर गल देखी है भी मीडिया दे विच ना जिहड़े दूजा एक मीडिया फिरदा जिहनूं गोदी मीडिया कहिंदे आ उन्हां नूं पता नहीं कसदा। मैं कहना जद तो जम्मे भी नहीं होने जद दा इतिहास बारे उन्होंने पढ़िया भी कुछ नहीं होना। तो उन्होंने ये 30,000 जिहड़ी अदालत आ जां मिठाई चौक वजदा जां चोर मोरी है ये तिना बारी मैं दस देन भी हो। बाकी रही गल हुण एको खालिस्तान का रौला पाई जांदे आ। पहला खालस का मतलब तो सीधा ही है भी आपां पता है शुद्ध चीज़ नूं खालस कहिंदा। खालिस्तान कहिंदे जे किसी ने संत जरनैल सिंह जी खालसा दे पिंडरां वालिआं दी टी शर्ट वाली फोटो वाली टी शर्ट पा ली जां भगत सिंह जी वाली पा ली ना कोई अतवादी बन जाता ना कोई खालिस्तानी बन जाता। मैं उन्हां तों एक सवाल करदा उन्हां नूं दस देन मैनूं किते भी पिंडरां वाले संतां ते कोई परचा दर्ज है किसी भी। हुण तां गूगल ते सर्च कर लो जदे सारा रिकॉर्ड मेरा भी निकल आना हर एक बंदे दा निकल आता मैं कोई झूठ बोला जदे वो पता कर लैंदे अगला ते इह गल तां मार दिंदे आ भी जे वो फलाना जाने के इतों कुछ करके लै जाते गाह जाके क्लिपां जिहा बना लैंदे आ। एक होर गल मैं मेरे बापूआं नूं कुछ जिहड़े सियाणी उम्र दे ने कुछ बजुर्ग जिहड़े अनपढ़ ने ते कुछ पढ़े अनपढ़ भी बहुत सूझवान ने उन्हां तों पता की गल आ पहलां पटका दिंदे ने पटका के कुछ क बंदे गलत थोड़ा जिहा कह दिंदे भी असीं इंदरा वेले इदां जे वो चलो वो गल कहा के ना उन्ना के क्लिप बना के वह फिर सानू सिख कौम नू बदनाम करते ने जिहड़ी इन्हां दी बहुत माड़ी गल आ। जदके हत्थां च मैग भी इन्हां नू हले पता नहीं इन्हां नू चलो ये उहदी गुलाम हो जांदे ने जिहदी सरकार इत्थे रही आ सेंटर दे विच केंद्र दे विच ते ये उहदे गुलाम हो जांदे ने। इन्हां नू मैग उदों पता लगेगा भी साडे असीं जदों सरदार इत्थे 220 दे विच बैठे सी ठंड दे विच सरदार भूंजे पए सी भी असीं जे सरदारां दा साथ दे दिंदे असीं गुलाम ना बणदे ते अज सानू आ दिन देखणे पैंदे। जेकर सरदारां दी जित हुंदी आ तां इन्हां दी वी धौण उच्ची हुंदी आ क्योंकि कश्मीरी पंडतां दी पुकार सुणी गुरु तेग बहादुर महाराज जी ने अज वो सारा कुछ जे भुल्ले फिरदे ने। बहुत बंदे देखो सारे हिंदू एक वो नहीं हैगे सारे इत्थे हिंदू वीर मुसलमान वीर सिख वीर होर सारे धर्मां दे वीर कोई कौम नहीं माड़ी कोई धर्म नहीं माड़ा कुछ नहीं माड़ा कौमां ते धर्मां दे लोक माड़े ने। ते बाकी रही गल मैं किसी नूं भी ना तो भारत चाहे दिल्ली आए चाहे भारत का कोई भी हिस्सा किसी भी नागरिक ना साडा कोई रौला नहीं। जे रौला तो केंद्र सरकार ना रौला केंद्र सरकार ना रौला केंद्र सरकार ना रौला भी की आ। हुण मैनूं शूगर तो होया मैनूं शूगर होया मैनूं कही जांदे ने गुड़ खा मैनूं कही जांदे गुड़ खा जे मैं गुड़ खाऊंगा तो मैं मरूंगा। तो मैं एक दिन बाहर विदेश का चैनल तो देख रहा जी चलो नाल दी नाल पंजाबी चोदा अनुवाद कर रहे इंग्लिश का तो वह कहें भी हैरानी की गल आ भी लोग कहते हैं भी आ कानून सानू सरकार दवे आ सानू मता पास करे सरकार साडा भी असी वधिया करिए भी पहली बार देखिया भी केंद्र सरकार भारत की कह रही आ भी आ किसानों लिए असी वधिया चीज़ पेश करी आ ते जदके भी किसान कहते सानू वधिया नहीं। हुण जे सानू वधिया नहीं चीज़ लग रही तो फिर ये तो बहुत माड़ी गल आ जिहड़ा सानू धक्के नाल करी जांदे आ ते सानू कसी न्याणे नहीं हैगे। अगे हुंदा सी भी चलो देखो रविदास मंदिर ढाया होर इन्हां ने बहुत करया नोटबंदी वेले बहुत कुछ कर लिया असीं चुप रहे पर हुण जदे साडे अंदर आ वड़े ना फिर सानू भैण जी बाहर आना पिया। मैं बेशक किसानी नाल नहीं मैं मजदूर का बेटा मेरे कोल एक विसवा भी जगह नहीं हैगी पर जे इन्हां मेरे वीरां कोल किसानां कोल कुछ बचूगा तो मेरे वर्गा भी रोटी खांदा रहेजूगा क्योंकि एक मैं जिहड़े लोग है ना कुछ मजदूर लोग वितकरावाजी जी कर रहे ने मेरे भाईचारे वाले उन्होंने मैं दस रहा भी हुणे प्याज लै लैंदे ने 4-5 रुपये किलो 4-5 रुपये किलो लैके काला बाजारी दे विच जमाखोरी कर लैंदे ने। उस तों बाद की करदे आ इह सानू 100 रुपये किलो प्याज दिंदे आ उस तरह जदों 100 रुपये किलो दिंदे आ 100 रुपये किलो असीं लै लै के बहुत औखा करदे आ ते मसां तड़का लगदा सब्जी नूं दाल नूं। वो तो बाद हुण इन्हां ने यही कुछ कणक वेले करना झोने वेले करना इन्हां ने बहुत सब तो सस्ती चीज़ लेके इन्हां ने बहुत सस्ती चीज़ लेके पहलां तो चलो सीजन दो सीजन वध दे देणगे रेट वो तो बाद इन्हां ने की करना कहना 10,000 रुपये नूं क्वंटल कर देनी इन्हां ने कणक
ਤੇ ਮੇਰੇ ਵਰਗੇ ਦੇ ਘਰੇ 10,000 10 ਕੁਇੰਟਲ ਲੱਗਦੇ ਨੇ ਜਾਂ 10 ਕੁਇੰਟਲ ਕਣਕ ਲੱਗਦੀ ਆ ਮੈਂ ਲੱਖ ਰੁਪਏ ਤਾਂ ਅੱਜ ਤੱਕ ਦੇਖਿਆ ਨਹੀਂ ਮੈਂ 10 ਕੁਇੰਟਲ ਲੱਖ ਰੁਪਏ ਦੀ ਕਣਕ ਕਿੱਥੋਂ ਖਰੀਦ ਲੂੰ ਇਹ ਸਾਡੇ ਮਜ਼ਦੂਰਾਂ ਨੂੰ ਸੋਚਣਾ ਚਾਹੀਦਾ ਇਹ ਇਕੱਲੇ ਕਿਸਾਨਾਂ ਦਾ ਧਰਨਾ ਨਹੀਂ ਹੈਗਾ ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ ਇਹ ਸਾਰੇ ਵਰਗਾਂ ਦਾ ਸਾਰੇ ਵਰਗਾਂ ਨੂੰ ਇੱਥੇ ਇਕੱਠੇ ਹੋਣ ਦੀ ਜ਼ਰੂਰਤ ਆ ਇੱਕ ਵੀਰ ਜੀ ਹੋਰ ਗੱਲ ਕਿ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਸੀ ਨਾ ਤਾਂ ਸਰਕਾਰਾਂ ਬਾਰ ਬਾਰ ਇੱਕ ਗੱਲ ਚੱਕਦੀਆਂ ਸੀ ਕਿ ਕਿਸਾਨ ਅਨਪੜ੍ਹ ਆ ਅਨਪੜ੍ਹ ਆ ਇਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਕਿਉਂਕਿ ਇਹ ਲਿਖੇ ਹੋਏ ਕਾਗਜ਼ਾਂ ਨੂੰ ਵੀ ਕਿੱਦਾਂ ਜਿਹੜਾ ਪਤਾ ਇਹਦਾ ਕਰ ਸਕਦਾ ਜੇ ਇਗਜ਼ੈਂਪਲ ਹੁਣ ਇੱਥੇ ਤੁਹਾਡੀ ਦਈਏ ਅਨਾ ਤੁਸੀਂ ਦੱਸਿਆ ਕਿ ਤੁਸੀਂ ਬਿਲਕੁਲ ਮਤਲਬ ਕਿ ਪੜ੍ਹੇ ਲਿਖੇ ਨਹੀਂ ਹੋ ਤੁਸੀਂ ਕਦੀ ਸਕੂਲ ਨਹੀਂ ਗਏ ਪੜ੍ਹਾਈ ਤੁਹਾਨੂੰ ਤੁਸੀਂ ਨਹੀਂ ਪਾਈ ਹੈਗੀ ਤੁਸੀਂ ਨਹੀਂ ਪੜ੍ਹੀ ਪੜ੍ਹਾਈ ਪਰ ਫਿਰ ਵੀ ਤੁਹਾਡੀ ਸੋਝੀ ਜਿਹੜੀ ਹੈ ਉਹ ਬਹੁਤ ਸਾਰੇ ਪੜ੍ਹਿਆ ਲਿਖਿਆ ਨਾਲੋਂ ਵੀ ਤਾਂ ਦੀ ਔਰ ਦੂਸਰੀ ਗੱਲ ਕਿ ਤੁਸੀਂ ਲਿਖਦੇ ਵੀ ਖੁਦ ਹੋ ਮੈਂ ਦੇਖੋ ਮੈਂ ਇੱਕ ਪੰਜਾਬੀ ਮੈਂ ਇੱਥੇ ਦੱਸਣਾ ਚਾਹੁੰਦਾ ਮੈਂ ਮਾਣ ਮਹਿਸੂਸ ਕਰਦਾ ਵੀ ਮੈਂ ਪੰਜਾਬੀ ਦਾ ਗੀਤਕਾਰ ਹਾਂ ਮੇਰੇ 108-10 ਗੀਤ ਮਾਰਕੀਟ ਵਿੱਚ ਆਏ ਨੇ ਪੰਜਾਬ ਦੇ ਨਾਮੀ ਸਿੰਗਰ ਬਿੰਦ ਰੱਖੀਆ ਗੁਰਪ੍ਰੀਤ ਬਿੱਲਾ ਇੰਦਰਜੀਤ ਨਿੱਕੂ ਸੁਖਵਿੰਦਰ ਸੁਖੀ ਰਵਿੰਦਰ ਗਰਲ ਹਰਜੀਤ ਹਰਮਨ ਉਹਨਾਂ ਸਾਰੇ ਕਲਾਕਾਰਾਂ ਨੇ ਮੇਰੇ ਗੀਤ ਅਮਰਤਾ ਵਿਰਕ ਹੋਰਾਂ ਨੇ ਗਾਏ ਨੇ ਚਲੋ ਉਹ ਗੀਤਕਾਰੀ ਸਾਈਡ 'ਤੇ ਆ ਅਤੇ ਜਿਹੜੀ ਗੱਲ ਆ ਉਹ ਅਸੀਂ ਚੁੱਪ ਹਾਂ ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ ਨਾ ਇਹਨਾਂ ਦਾ ਰੋਜ਼ ਸੱਪਾਂ ਨਾਲ ਵਾਹ ਪੈਂਦਾ ਰੋਜ਼ ਸੱਪਾਂ ਨਾਲ ਵਾਹ ਪੈਂਦਾ ਇਹ ਕਹਿੰਦੇ ਤਾਂ ਅਸੀਂ ਕਿਉਂ ਲੈਣਾ ਜੂਝ ਕੇ ਕਿਸੇ ਨਾਲ ਜਿਉਂ ਜਿਉਂ ਅਸੀਂ ਢਿੱਲ ਵਰਤੀ ਗਏ ਅਤੇ ਢਿੱਲ ਵਰਤੀ ਗਏ ਪਹਿਲਾਂ ਅਸੀਂ ਇਹਨਾਂ ਨੇ ਬਣਾਏ ਬਿੱਲ ਬਿੱਲ ਬਣਾਏ ਬਿੱਲ ਬਣਾਉਣ ਤੋਂ ਬਾਅਦ ਅਸੀਂ ਕੁਝ ਰੇਲਾਂ ਦੀਆਂ ਪਟੜੀਆਂ 'ਤੇ ਸਾਡੀਆਂ ਭੈਣਾਂ ਨੇ ਮਾਵਾਂ ਨੇ ਧੀਆਂ ਨੇ ਬਹਿ ਕੇ ਰੋਟੀਆਂ ਪਕਾਈਆਂ ਦਾਲਾਂ ਬਣਾਈਆਂ ਬਹੁਤ ਉੱਥੇ ਨਿੱਕੇ ਨਿੱਕੇ ਬੱਚਿਆਂ ਨੇ ਸੰਘਰਸ਼ ਕਰਿਆ ਵੀ ਚੱਲ ਜਦੋਂ ਹੁਣ ਸਾਨੂੰ ਸੋਧ ਵੀ ਸਾਡਾ ਸੰਘਰਸ਼ ਦੇਖ ਕੇ ਰੇਲਾਂ ਵਾਲਾ ਵੀ ਸਾਨੂੰ ਬੁਲਾਇਆ ਜਾਊਗਾ ਇੱਥੇ ਵੀ ਕੇਂਦਰ ਦੇ ਵਿੱਚ ਬੁਲਾਉਣਗੇ ਪੁੱਛਣਗੇ ਵੀ ਭਾਈ ਦੱਸੋ ਤੁਸੀਂ ਪਰ ਇਹਨਾਂ ਨੇ ਸਾਡੀ ਚੁੱਪ ਦਾ ਉਦੋਂ ਫਾਇਦਾ ਹੋਰ ਲੈਂਦੇ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਬਿੱਲ ਤੋਂ ਕਾਨੂੰਨ ਬਣਾ ਦਿੱਤਾ ਮੈਂ ਹੁਣ ਪਹਿਲਾਂ ਵੀ ਇਹ ਗੱਲ ਕਹੀ ਆ ਵਾਰ ਵਾਰ ਇਹ ਗੱਲ ਕਹਿਣਾ ਵੀ ਅਸੀਂ ਅਨਪੜ੍ਹ ਨਹੀਂ ਹੈਗੇ ਅਸੀਂ ਇੱਕ ਭੋਲੇ ਭਾਲੇ ਹਾਂ ਕਿਸਾਨ ਆ ਜਿਹੜਾ ਦਾਤਾ ਅੰਨਦਾਤਾ ਇਹ ਸਾਧੂ ਰੂਪੀ ਬੰਦਾ ਠੀਕ ਆ ਜੀ ਇਹਨਾਂ ਨੇ ਸਾਧੂ ਰੂਪੀਆਂ ਦਾ ਨਜਾਇਜ਼ ਫਾਇਦਾ ਲਿਆ ਇਹਨਾਂ ਨੇ ਪਰ ਮੈਂ ਕਹਿੰਦਾ ਇਹ ਕਹਿ ਦਿੰਦੇ ਆ ਵੀ ਇਹ ਇੱਦਾਂ ਹੁਣ ਸਾਡੇ ਕੀ ਮੁੰਡੇ ਜੱਜ ਨਹੀਂ ਲੱਗੇ ਹੋਏ ਸਾਡੇ ਵਕੀਲ ਨਹੀਂ ਹੈਗੇ ਹੁਣ ਮੈਂ ਕਹਿੰਦਾ ਇੱਥੇ ਮੈਂ ਰੋਜ਼ ਦੇਖਦਾ ਅੱਜ ਮੇਰਾ ਖਿਆਲ 28ਵੇਂ ਦਿਨ ਦੇ ਵਿੱਚ ਧਰਨਾ ਪ੍ਰਵੇਸ਼ ਕਰ ਚੁੱਕਿਆ ਜੀ ਰੋਜ਼ ਇੱਥੇ ਵਕੀਲਾਂ ਦੀਆਂ ਵੱਡੀਆਂ ਵਕੀਲਾਂ ਦੀਆਂ ਜਿਹੜੇ ਨਾਮਵਾਰ ਵਕੀਲ ਨੇ ਹਾਈ ਕੋਰਟ ਸੁਪਰੀਮ ਕੋਰਟ ਸੈਸ਼ਨ ਕੋਰਟ ਹੋਰ ਸਾਰੇ ਜਾਣੀ ਭਾਈਚਾਰਾ ਵਕੀਲ ਭਾਈਚਾਰਾ ਜਾਂ IPS PPS ਆਫਿਸਰ ਰਿਟਾਇਰ ਉਹ ਇੱਥੇ ਆਉਂਦੇ ਆ ਪਹਿਲਾਂ ਉਹ ਪੜ੍ਹੇ ਲਿਖੇ ਨਹੀਂ ਹੈਗੇ ਉਹ ਉਹਨਾਂ ਦਿਮਾਗ 'ਚ ਫਰਕ ਪਿਆ ਹੋਇਆ ਵੀ ਇਹ ਜਿਹੜਾ ਸਾਨੂੰ ਅਨਪੜ੍ਹਿਆ ਸਮਝੀ ਜਾਂਦੇ ਨੇ ਵਕੀਲਾਂ ਨੇ ਕਾਲੇ ਕੋਟ ਪਾਏ ਆ LLB ਕੀਤੀ ਹੋਈ ਆ ਉਹਨਾਂ ਦੇ ਹੋਰ ਬਹੁਤ ਤਕੜੀਆਂ ਪੜ੍ਹਾਈਆਂ ਕੀਤੀਆਂ ਨੇ ਉਹ ਕਹਿੰਦੇ ਸੀ ਵੀ ਅਸੀਂ ਕਾਹਨੂੰ ਨੌਕਰੀ ਪੇਸ਼ੇ ਵਾਲੇ ਬੰਦੇ ਹਾਂ ਅਸੀਂ ਕਿਉਂ ਪਰ ਹੁਣ ਜਦ ਇਹਨਾਂ ਨੇ ਇਹ ਕਰ ਲਿਆ ਅੱਜ ਤਾਂ ਕਿਸਾਨਾਂ ਦੇ ਜ਼ਮੀਨਾਂ 'ਤੇ ਆ ਰਹੇ ਨੇ ਪੈਰ ਪਾਉਣ ਇਹਨਾਂ ਨੇ ਕੱਲ੍ਹ ਪਤਾ ਕੀ ਕਰਨਾ ਜਿਵੇਂ ਸਾਡੇ ਬਜ਼ੁਰਗ ਚਲੋ ਬਿੱਘਾ ਸਸਤੇ ਭਾਅ ਦੇ ਵਿੱਚ ਲੈ ਕੇ ਸਾਨੂੰ ਛੱਡ ਗਏ ਵੀ ਪਿਆ ਉਹਦੇ ਵਿੱਚ ਅਸੀਂ ਘਰ ਪਾ ਲਿਆ ਉਹਨਾਂ ਨੇ ਪਤਾ ਕੀ ਕਰਨਾ ਇਹਨਾਂ ਨੇ ਤਾਂ ਕਹਿ ਦੇਣਾ ਵੀ ਇੰਨਾ ਕੁ ਤੁਸੀਂ ਇੱਕ ਕਮਰੇ ਦੋ ਤੁਸੀਂ 5 ਜੀਓ ਕਰਦੇ ਆ 2 ਕਮਰੇ ਬਣਾ ਲਓ ਤੁਸੀਂ ਐਡੇ ਵੱਡੇ 'ਚ ਮੈਰਿਜ ਪੈਲਸ ਖੋਲ੍ਹਣਾ ਬਾਕੀ ਛੱਡੋ ਸਾਨੂੰ ਇਹ ਤਾਂ ਇੱਥੇ ਤੱਕ ਜਾਣਗੇ ਜੇ ਇਹਨਾਂ ਦੇ ਨਾਂ ਨੱਕ ਮੋੜਿਆ ਕਹਿੰਦਾ ਪਰ ਹੁਣ ਮੈਂ ਇੱਕ ਦਾਅਵੇ ਨਾਲ ਕਹਿਣ ਨੂੰ ਤਿਆਰ ਹਾਂ ਵੀ ਮੈਨੂੰ ਲੱਗਦਾ ਕੱਲ੍ਹ ਵੀ ਇੱਕ ਕਨਸੋਹ ਮਿਲੀ ਸੀ ਵੀ ਧਰਨਾ ਜਿਹੜਾ ਹੁਣ ਜਾਂਦਾ ਥੋੜ੍ਹੇ ਦਿਨਾਂ ਜਾਂਦਾ ਕਿਉਂਕਿ ਸਰਕਾਰ ਦੀ ਅੰਦਰੋਂ ਅੰਦਰੀ ਝੰਗਿਆੜਾ ਨਿਕਲ ਰਹੀਆਂ ਨੇ ਇਹਨਾਂ ਨੂੰ ਇਹ ਹੈ ਵੀ ਕਿੰਨੀ ਜਲਦੀ ਵਿਦਾ ਕਰੀਏ ਇਹਨਾਂ ਨੂੰ ਕਿਸਾਨਾਂ ਨੂੰ ਇੱਥੋਂ ਇਹ ਹਾਰ ਮੰਨ ਚੁੱਕੇ ਨੇ ਪਰ ਹੁਣ ਇੱਕ ਗੱਲ ਆ ਵੀ ਜਿਵੇਂ ਬੰਦਾ ਮੇਰੇ ਵਰਗਾ ਬਸਰਮ ਜਿਹਾ ਪਹਿਲਾਂ ਕਹਿ ਬੈਠਦਾ ਕੁਛ ਨਾ ਕੁਛ ਬਾਅਦ 'ਚ ਉਹਨੂੰ ਇਹ ਹੁੰਦਾ ਵੀ ਹੁਣ ਮੈਂ ਕਿਵੇਂ ਬੋਲ ਵਾਪਸ ਲਵਾਂ ਕੀਤੇ ਤਾਂ ਘਰੇ ਤੋਂ ਮਾਫ਼ੀ ਕਿਵੇਂ ਮੰਗਾਂ ਹੁਣ ਇਹਨਾਂ ਨੇ ਕੀ ਕਰਨਾ ਬਸ ਥੋੜ੍ਹੇ ਦਿਨਾਂ ਦੇ ਵਿੱਚ ਅਤੇ ਮੈਂ ਕਹਿੰਦਾ ਕਿਸਾਨਾਂ ਦੀ ਜਿੱਤ ਹੋ ਪੱਕੀ ਜ਼ਰੂਰ ਪਹਿਲਾਂ ਹੀ ਜਾਂਦੀ ਕਿਉਂਕਿ 3 ਕਰੋੜ ਤੋਂ ਉੱਤੇ ਆਬਾਦੀ ਆ ਪੰਜਾਬ ਦੀ 3 ਕਰੋੜ ਤੋਂ ਉੱਤੇ ਪੰਜਾਬ ਦੀ ਆਬਾਦੀ ਆ ਜੇਕਰ ਇੱਥੇ 25-30 ਲੱਖ ਬੰਦਾ ਆ ਜਾਂਦਾ ਪੰਜਾਬ ਦਾ ਮੋਦੀ ਤਾਂ ਆਥਣ ਨੂੰ ਕਹਿੰਦਾ ਵੀ ਦੱਸੋ ਜੀ ਹੋਰ ਵੀ 3 ਕਾਨੂੰਨਾਂ ਤੋਂ ਬਿਨਾਂ ਹੋਰ ਕਾਨੂੰਨ ਕਿਹੜਾ ਫੇਲ ਕਰਾਉਣਾ ਉਹ ਵੀ ਕਰਾਂਗੇ ਪਰ ਮੈਨੂੰ ਇੱਕ ਦੁੱਖ ਆ ਪੰਜਾਬੀਆਂ 'ਤੇ ਬੇਸ਼ੱਕ ਇਕੱਲੇ ਪੰਜਾਬੀਆਂ 'ਤੇ ਹੋਰ ਵੀ ਪੂਰੇ ਸੂਬਿਆਂ ਦੇ ਪੂਰੇ ਭਾਰਤ ਦੇ ਹੀ ਕਿਸਾਨ ਮਜ਼ਦੂਰ ਇੱਥੇ ਆਏ ਹੋਏ ਨੇ ਅਤੇ ਪਰ ਇੱਥੇ ਜੇਕਰ 25-30 ਲੱਖ ਆ ਜਾਂਦਾ ਬੰਦਾ ਇਹਨਾਂ ਨੇ ਆਥਣ ਨੂੰ ਝਗਿਆੜਾ ਮਾਰਨੀਆਂ ਸੀ ਮੈਂ ਇਹ ਵਾਰੀ ਵਾਰੀ ਕਹਿਣਾ ਚਾਹੁੰਦਾ ਵੀ ਜਿਹੜੇ ਆ ਨਿੱਕੇ ਨਿੱਕੇ ਜਿਹੇ ਲਈ ਫਿਰਦੇ ਨੇ ਕੈਮਰੇ ਗੋਦੀ ਮੀਡੀਆ ਵਾਲੇ
ਉਦੋਂ ਤਾਂ ਜੰਮੇ ਵੀ ਨਹੀਂ ਸੀ ਜਦੋਂ ਦੇ ਇਤਿਹਾਸ ਇਹਨਾਂ ਨੂੰ ਸਾਡੇ ਕਿਸੇ ਇਤਿਹਾਸ ਬਾਰੇ ਨਹੀਂ ਪਤਾ ਕਿਸੇ ਸਾਡੇ ਪਿਛੋਕੜ ਬਾਰੇ ਨਹੀਂ ਪਤਾ ਇਹਨਾਂ ਨੂੰ ਇਹ ਪਤਾ ਨਹੀਂ ਵੀ ਕਿਹੜੀ ਕੌਮ ਨਾਲ ਅਸੀਂ ਹੁਣ ਪੰਗਾ ਲੈਣ ਲੱਗੇ ਹਾਂ ਅਤੇ ਮੈਂ ਦੇਖਦਾ ਮੈਂ ਰਾਤ ਵੀ ਦੇਖਦਾ ਸੀ ਟੀ ਵੀ ਦੇ ਉੱਤੇ ਨੈੱਟ ਦੇ ਉੱਤੇ ਵੀ ਇਹ ਪਤਾ ਨਹੀਂ ਕਿੱਥੋਂ ਇਹ ਫੜ ਲੈਂਦੇ ਨੇ ਗੱਲ ਉਹੀ ਗੱਲ ਨੂੰ ਤੋੜ ਮਰੋੜ ਕਰੀ ਜਾਂਦੇ ਨੇ ਪਛਤਾਊਗਾ ਗੋਦੀ ਮੀਡੀਏ ਦੇ ਜਿਹੜੇ ਪੱਤਰਕਾਰਾਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਇਹਨਾਂ ਨੂੰ ਮਾੜਾ ਇਹ ਨਹੀਂ ਕਹਿੰਦਾ ਇਹਨਾਂ ਦੀਆਂ ਮਜਬੂਰੀਆਂ ਨੇ ਪਰ ਮਜਬੂਰੀ ਅਣਖ ਤੋਂ ਵੱਡੀ ਕੋਈ ਚੀਜ਼ ਨਹੀਂ ਮੈਂ ਕਹਿੰਦਾ ਵੀ ਮੈਂ ਜ਼ਮੀਰ ਦਾ ਮਾਲਕ ਆ ਜ਼ਮੀਰ ਜਿਉਂਦੀ ਕਰਕੇ ਮੈਂ ਇੱਥੇ ਆਇਆ ਨਹੀਂ ਮੇਰੇ ਵਰਗੇ ਹੋਰ ਵੀ ਬਥੇਰੇ ਫਿਰਦੇ ਨੇ ਘਰਾਂ ਦੇ ਵਿੱਚ ਮੈਂ ਘਰੇ ਰਹਿੰਦਾ ਅਤੇ ਮੈਂ ਵੀ ਘਰੇ ਐਸ਼ ਕਰ ਸਕਦਾ ਸੀ ਰਜਾਈ 'ਚ ਬਹਿ ਕੇ ਫੇਰ ਪਰ ਇੱਕ ਮੈਂ ਜਿਹੜੇ ਹੋਰ ਵੀ ਮੇਰੇ ਤੋਂ ਮੈਂ ਉਹਨੂੰ ਦੇਖ ਕੇ ਜ਼ਿੰਦਗੀ ਜਿਉਣਾ ਜਿਹੜੇ ਘਿਸੜ ਕੇ ਵਿਚਾਰੇ ਤੁਰਦੇ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਜਾਂ ਜਿਹੜੇ ਜਾਣ ਬੁੱਝ ਕੇ ਵੀ ਨਹੀਂ ਆਉਂਦੇ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਉਹਨਾਂ ਕੋਲ ਅੱਜ ਕੱਲ੍ਹ ਆ ਮੋਬਾਈਲ ਆ ਮੋਬਾਈਲ ਦੇ ਉੱਤੇ ਨਾ ਇੱਕ ਪੋਸਟਾਂ ਤਾਂ ਲਿਖ ਲਿਖ ਪਾ ਸਕਦੇ ਨੇ ਵੀ ਆਪਾਂ ਦਿੱਲੀ ਵਿਆਹ ਦਾ ਕਾਰਡ ਤਾਂ ਮੈਨੂੰ ਇਕੱਲੇ ਨੂੰ ਆਉਂਦਾ ਕਿਸੇ ਦਾ ਮੈਂ ਚਾਰ ਜਣਿਆਂ ਨੂੰ ਗੱਡੀ 'ਚ ਹੋਰ ਬਿਠਾ ਲੈਂਦਾ ਵੀ ਆ ਜਾਓ ਖਾ ਪੀ ਕੇ ਮੁੜ ਆਵਾਂਗੇ ਵੀ ਹੁਣ ਇੱਕ ਬੰਦਾ ਪੰਜ ਬੰਦਿਆਂ ਨੂੰ ਵੀ ਨਹੀਂ ਲਿਆ ਸਕਦਾ ਇਹਨਾਂ ਨੂੰ ਬਹੁਤ ਮਾੜੀ ਗੱਲ ਆ ਇਹ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਵੀ ਹੁਣ ਇੱਥੋਂ ਆਪਾਂ ਨੱਚਦੇ ਘਰਾਂ ਨੂੰ ਜਾਵਾਂਗੇ ਖੁਸ਼ੀਆਂ ਮਨਾਉਂਦੇ ਜਾਵਾਂਗੇ ਹਾਰ ਪਹਿਣਗੇ ਫਿਰ ਕਹਿਣਗੇ ਸਾਡਾ ਮੁੰਡਾ ਵੀ ਉੱਥੇ ਸਾਡਾ ਵੀ ਆ ਉਹ ਜੇ ਵੋ ਇਹ ਗੱਲਾਂ ਉਹ ਨਹੀਂ ਕਿਉਂਕਿ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਕੋਈ ਚੀਚੀ ਨੂੰ ਲਵਾ ਕੇ ਖੂਨ ਹੈ ਨਾ ਸ਼ਹੀਦ ਨਹੀਂ ਕਹਾ ਜਾਂਦਾ ਕਦੇ ਵੀ ਇੱਥੇ ਤਾਂ ਮੈਂ ਕਹਿੰਦਾ ਉਸ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਮੈਂ ਇਕੱਲਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਦਾ ਮੇਰਾ ਮੈਂ ਕਹਿੰਦਾ ਵੀ ਜੇਕਰ ਗੋਲੀ ਵੀ ਇੱਥੇ ਚੱਲਦੀ ਹੈ ਜਿਵੇਂ ਮੈਨੂੰ ਲੋਕ ਡਰਾਉਣ ਲੱਗਦੇ ਨੇ ਵੀ ਹਾਲਾਤ ਮਾੜੇ ਹੋ ਜਾਣਗੇ ਤੂੰ ਕਿਵੇਂ ਭੱਜੇਗਾ ਅਤੇ ਚੰਗੇ ਭਲਿਆਂ ਤੋਂ ਨਹੀਂ ਭੱਜਿਆ ਜਾਣਾ ਮੈਂ ਕਹਿੰਦਾ ਭੱਜਣਾ ਕਾ ਤਾਂ ਜੇ ਭੱਜਣਾ ਹੁੰਦਾ ਫਿਰ ਘਰ ਹੀ ਰਹਿੰਦਾ ਮੈਂ ਤਾਂ ਮਰਨਾ ਆ ਮੈਂ ਤਾਂ ਇੱਥੇ ਮਰਨਾ ਇਹ ਮੇਰਾ ਕਿਉਂਕਿ ਇਤਿਹਾਸ ਜਦੋਂ ਇੱਥੋਂ ਦਾ ਲਿਖਿਆ ਜਾਊਗਾ ਬੇ ਬਹੁਤ ਲੇਖਕਾਂ ਤਾਂ ਸ਼ੁਰੂ ਕਰਤਾ ਹੋਊਗਾ ਲਿਖਣਾ ਉਹ ਇਤਿਹਾਸ ਦੇ ਪੰਨੇ 'ਚ ਮਾੜਾ ਮੋਟਾ ਮੇਰਾ ਵੀ ਇੱਕ ਅੱਧੀ ਲਾਈਨ ਆਜੂਗੀ ਜ਼ਰੂਰ ਵੀ ਜਿਹਦੇ ਘਰੇ ਕੋਲੇ ਜ਼ਮੀਨ ਨਹੀਂ ਸੀ ਘਰ ਨਹੀਂ ਸੀ ਦਰ ਨਹੀਂ ਸੀ ਵੀ ਹੱਥਾਂ ਪੈਰਾਂ ਤੋਂ ਤੁਰ ਨਹੀਂ ਜਾਂਦਾ ਸੀ ਉਹ ਵੀ ਇਹ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਉਹਨੇ ਵੀ ਬਾਕੀ ਸਿਆਣਿਆਂ ਨੇ ਸੱਚ ਕਿਹਾ ਔਰ ਜਿਹੜੇ ਇੱਥੇ ਪਹੁੰਚਦੇ ਨੇ ਤੁਹਾਡੇ ਵਰਗੇ ਵੀਰ ਉਹ ਕਹਿੰਦੇ ਨੇ ਕਿ ਜ਼ਮੀਨਾਂ ਭਾਵੇਂ ਸਾਡੀਆਂ ਨਹੀਂ ਹੈਗੀਆਂ ਪਰ ਸਾਡੇ ਜ਼ਮੀਰ ਜਾਗਦੇ ਨੇ ਉਹ ਬਿਲਕੁਲ ਤੁਹਾਡੇ 'ਤੇ ਗੱਲ ਢੁੱਕਦੀ ਹੈ ਅਤੇ ਜਿੱਥੇ ਤੁਸੀਂ ਬਾਕੀ ਇੰਨੇ ਗੀਤ ਲਿਖੇ ਨੇ ਬਹੁਤ ਸਾਰੇ ਗੀਤਕਾਰਾਂ ਲਈ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਵੀ ਕੁਛ ਮਨ ਦੇ ਵਲਵਲੇ ਜਿਹੜੇ ਨੇ ਆਪਣੇ ਕਲਮ ਰਾਹੀਂ ਤੁਸੀਂ ਉਕੇਰੇ ਨੇ ਦੇਖੋ ਜੀ ਮੈਂ ਲਾਸਟ ਸਵਾਲ ਇਹੀ ਕਰਨ ਲੱਗਿਆਂ ਅਤੇ ਜਿਵੇਂ ਜ਼ਮੀਰ ਵਾਲੀ ਗੱਲ ਆ ਮੈਂ ਭੈਣ ਜੀ ਪਹਿਲਾਂ 11 ਦਿਨ ਲਾ ਗਿਆ ਸੀ ਉਹ ਤੋਂ ਬਾਅਦ 4 ਦਿਨ ਫਿਰ ਲੱਗ ਗਿਆ ਫਿਰ ਜਦੋਂ ਮੈਂ ਦੇਖਿਆ ਵੀ ਮੈਨੂੰ ਤੁਰਨਾ ਥੋੜ੍ਹਾ ਜਿਹਾ ਮੁਸ਼ਕਲ ਹੋ ਰਿਹਾ ਫਿਰ ਮੇਰੇ ਕੋਲ ਇੱਕ ਕਿਸੇ ਨੇ ਮੈਨੂੰ ਦਾਨ ਕਰੀ ਸਕੂਟਰੀ ਵੀ ਜਿਹਨੂੰ ਤੁਰਨਾ ਔਖਾ ਅਤੇ ਮੈਨੂੰ ਉਹ ਮੈਂ ਸਕੂਟਰੀ ਉਰੇ ਲੈ ਆ ਉਹ ਤੋਂ ਬਾਅਦ ਜਿਹੜੇ ਗਾਣੇ ਦੀ ਗੱਲ ਆ ਮੈਂ ਗਾਣਾ ਕਿਉਂ ਐਡਵਾਂਸ ਲਿਖ ਬੈਠੇ ਆ ਮੈਂ ਤੁਹਾਨੂੰ ਇੱਕ ਛੋਟੀ ਹੋਰ ਗੱਲ ਦੱਸ ਦਿੰਦਾ ਵਿੱਚ ਦੀ ਮੇਰਾ ਅੱਜ ਤੱਕ ਗਾਣਾ ਕੋਈ ਕਾਪੀ 'ਚ ਨਹੀਂ ਰਿਹਾ ਇੱਕ ਮੈਂ ਗਾਣਾ ਲਿਖਿਆ ਸੀ ਬਾਜਾਂ ਵਾਲਿਆ ਸੁਣੇ ਜੇ ਮੇਰੀ ਗੱਲ ਤੂੰ ਇੱਕ ਪਲ ਵਿੱਚ ਕਰਦੇ ਮੈਂ ਹੱਲ ਤੂੰ ਰੰਗ ਹੁੰਦਾ ਸੀ ਲਹੂ ਦਾ ਜਿਹੜਾ ਗੂੜਾ ਇਹ ਲੱਸੀ ਦਾ ਨਿਖਾਰ ਹੋ ਗਿਆ ਤੇਰਾ ਖਾਲਸਾ ਪੰਥ ਬਾਜਾਂ ਵਾਲਿਆ ਫੁੱਟ ਦਾ ਸ਼ਿਕਾਰ ਹੋ ਗਿਆ ਕਹਿਣ ਦਾ ਭਾਵ ਸੀ ਵੀ ਜਣਾ ਕਣਾ ਦਲ ਬਣਾਈ ਫਿਰਦਾ ਸੀ ਜਣਾ ਕਣਾ ਦਲ ਬਣਾਈ ਫਿਰਦਾ ਸੀ ਅੱਜ ਕਿਸੇ ਦਾ ਕੋਈ ਦਲ ਨਹੀਂ ਕਿਸੇ ਦੀ ਕੋਈ ਪਾਲਟੀਬਾਜ਼ੀ ਨਹੀਂ ਪਾਲਟੀਬਾਜ਼ੀ ਹੋਊਗੀ ਕਿਤੇ ਦੂਰ ਹੋਊਗੀ ਠੀਕ ਆ ਇੱਥੇ ਸਾਰੇ ਅਸੀਂ ਇੱਕ ਹਾਂ ਅਤੇ ਉਹ ਤੋਂ ਬਾਅਦ ਜਿਹੜਾ ਮੈਂ ਐਡਵਾਂਸ ਗੀਤ ਲਿਖਿਆ ਉਹ ਲਿਖਿਆ ਨਾ ਵੱਡੇ ਵੱਡੇ ਆ ਜਿਹੜਾ ਮਤਲਬ ਦੇਖਿਆ ਆਪਾਂ ਵਿਆਹਾਂ ਦੇ ਵਿੱਚ ਆਪਾਂ ਪੇਂਡੂ ਭਾਸ਼ਾ ਦੇ ਵਿੱਚ ਕਹਿ ਲਵਾਂ ਜਿਹੜਾ ਲੋਹ ਬਣਾ ਲੈਂਦੇ ਤਵੀਆਂ ਵਿਆਹ ਸਾਦਿਆਂ 'ਚ ਉਹ ਜਿਹੜੇ ਪੱਥਰ ਨੇ ਉਹ ਸਾਡੇ ਹੁਣ ਚੁੱਲ੍ਹਿਆਂ ਦੇ ਕੰਮ ਆ ਰਹੇ ਨੇ ਜਿਹੜੇ ਇਹਨਾਂ ਨੂੰ ਸਾਨੂੰ ਰੋਕਣ ਨੂੰ ਲਾਇਆ ਅਤੇ ਹੁੱਡਾ ਆਪਣੇ ਖੱਟਰ ਸਰਕਾਰ ਉਹਨਾਂ ਨੇ ਉਹ ਲਿਖਿਆ ਵੱਡੇ ਵੱਡੇ ਬੈਰੀਗੇਟ ਰੱਖ ਦਿੱਤੇ ਤੋੜ ਕੇ ਆਏ ਪੱਥਰਾਂ ਦੇ ਕੰਮ ਆਏ ਚੁੱਲ੍ਹਿਆਂ ਦੇ ਕੰਮ ਲੈ ਕੇ ਪੱਥਰਾਂ ਨੂੰ ਰੋੜ ਕੇ ਤੇਰੇ ਭਾਦਾ ਗਏ ਹੁਣੇ ਅਸੀਂ ਥੱਕ ਦਿੱਲੀਏ ਆ ਜਾਵਾਂਗੇ ਘਰਾਂ ਨੂੰ ਲੈ ਕੇ ਹੱਕ ਦਿੱਲੀਏ ਨੇ ਅਸੀਂ ਜਾਵਾਂਗੇ ਘਰਾਂ ਨੂੰ ਜਾਵਾਂਗੇ ਪਿੰਡਾਂ ਨੂੰ ਲੈ ਕੇ ਹੱਕ ਦਿੱਲੀਏ ਕਿਆ ਬਾਤ ਹੈ ਆਪਣੀ ਕਲਮ ਤੋਂ ਜਿੱਥੇ ਬਹੁਤ ਸਾਰੇ ਹੋਰ ਗੀਤ ਲਿਖੇ ਨੇ ਉਹ ਫੇਮਸ ਹੋਏ ਨੇ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਬਿੱਲੇ ਵੀਰ ਦਾ ਵੀ ਇਹ ਗੀਤ ਵਾਹਿਗੁਰੂ ਕਰੇ ਬਹੁਤ ਜ਼ਿਆਦਾ ਹਿੱਟ ਹੋਵੇ ਔਰ ਬੱਚੇ ਬੱਚੇ ਦੇ ਜ਼ੁਬਾਨ 'ਤੇ ਇੱਕੋ ਹੀ ਨਾਮ ਹੋਵੇ ਕਿ ਸੱਚ ਵਾਕਈ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜਿੰਨੇ ਜਿੰਨੇ ਹਿੱਸਾ ਪਾਇਆ ਸੀ ਉਹ ਜਿੱਤ ਦੇ ਝੰਡੇ ਝੁਲਾ ਕੇ ਵਾਪਸ ਘਰਾਂ ਨੂੰ ਪਰਤੇ ਨੇ